ਸਤਿ ਸ਼੍ਰੀ ਅਕਾਲ, ਜਸ ਟੀ ਵੀ ਦੇਖ ਰਹੇ ਹੋ ਤੁਸੀਂ। ਮੈਂ ਸਤਵਿੰਦਰ ਸਿੰਘ ਰੰਧਾਵਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਰਦਾਰ ਕੌਣ। ਪੰਜਾਬ ਦੀ ਸਿਆਸਤ ਦਾ ਸਰਦਾਰ ਕੌਣ ਹੈ, ਇਹ ਤਾਂ 4 ਜੂਨ ਦੇ ਨਤੀਜਿਆਂ ਤੋਂ ਬਾਅਦ ਪਤਾ ਲੱਗੂਗਾ। ਫਿਲਹਾਲ ਲੋਕ ਕੀ ਚਾਹੁੰਦੇ ਨੇ, ਲੋਕਾਂ ਦਾ ਮੂਡ ਕੀ ਹੈ ਇਹਨਾਂ ਚੋਣਾਂ ਨੂੰ ਲੈ ਕੇ, ਸਿਆਸੀ ਧਿਰਾਂ ਨੂੰ ਲੈ ਕੇ, ਉਹ ਜਾਣਾਂਗੇ। ਹਲਕਾ ਫਰੀਦਕੋਟ ਦੇ ਵਿੱਚ ਲੋਕ ਕੀ ਚਾਹੁੰਦੇ ਨੇ, ਫਰੀਦਕੋਟ ਦੀ ਜੇਕਰ ਗੱਲ ਕੀਤੀ ਜਾਵੇ, ਇਹ ਅਜਿਹਾ ਹਲਕਾ ਹੈ ਜਿਹਦਾ ਕਨੈਕਸ਼ਨ ਸੈਲੀਬ੍ਰਿਟੀ ਫੇਸਿਸ ਦੇ ਨਾਲ ਜੁੜਦਾ ਹੈ। ਗੁਰਦਾਸਪੁਰ ਤੋਂ ਬਾਅਦ ਜਿਹੜਾ ਹਲਕਾ ਫਰੀਦਕੋਟ ਵੱਜਦਾ, ਜਿਹੜਾ ਸੈਲੀਬ੍ਰਿਟੀ ਫੇਸਿਸ ਦੇ ਨਾਲ ਜੁੜਦਾ ਹੈ, ਕਿਉਂਕਿ ਮੌਜੂਦਾ ਐਮ ਪੀ ਇੱਥੋਂ ਤੋਂ ਮੁਹੰਮਦ ਸਦੀਕ ਨੇ, ਅਤੇ ਹੁਣ ਹੰਸਰਾਜ ਹੰਸ ਅਤੇ ਕਰਮਜੀਤ ਅਨਮੋਲ ਵੀ ਆਪਣੀ ਕਿਸਮਤ ਅਜ਼ਮਾਉਣ ਲਈ ਮੈਦਾਨ ਦੇ ਵਿੱਚ ਉਤਰੇ ਨੇ। ਗਰਾਊਂਡ ਰਿਪੋਰਟ ਕੀ ਕਹਿੰਦੀ ਹੈ, ਸਾਡੇ ਫਰੀਦਕੋਟ ਤੋਂ ਸਹਿਯੋਗੀ ਪ੍ਰੇਮ ਪਾਸੀ ਜੁੜ ਚੁੱਕੇ ਨੇ, ਸਵਾਗਤ ਹੈ ਪ੍ਰੇਮ ਜੀ। ਪ੍ਰੇਮ ਪਾਸੀ ਜੀ, ਮੌਜੂਦਾ ਹਾਲਾਤ ਕੀ ਨੇ, ਲੋਕ ਕੀ ਚਾਹੁੰਦੇ ਨੇ, ਲੋਕਾਂ ਦਾ ਮੂਡ ਕੀ ਕਹਿੰਦਾ ਹੈ ਸਿਆਸੀ ਧਿਰਾਂ ਨੂੰ ਲੈ ਕੇ, ਪਹਿਲਾਂ ਉਹ ਜਾਣ ਲੈਂਦੇ ਹਾਂ। ਦੇਖੋ, ਥੋੜ੍ਹਾ ਜਿਹਾ ਮੈਂ ਨਾ ਫਰੀਦਕੋਟ ਬਾਰੇ ਦੱਸਣਾ ਚਾਹੁੰਦਾ ਕਿ ਫਰੀਦਕੋਟ ਵਿਰਾਸਤੀ ਔਰ ਇਤਿਹਾਸਿਕ ਸ਼ਹਿਰ ਹੈਗਾ ਹੈ। ਫਰੀਦਕੋਟ ਬਾਬਾ ਸ਼ੇਖ ਫਰੀਦ ਜੀ ਦੀ ਚਰਨ ਛੋਹ ਧਰਤੀ ਫਰੀਦਕੋਟ ਹੈਗੀ ਹੈ। ਇਸ ਫਰੀਦਕੋਟ ਧਰਤੀ ਨੇ ਵੱਡੇ ਵੱਡੇ ਜੋ ਨੇਤਾ ਹੈਗੇ ਆ ਉਹ ਦੇਸ਼ ਨੂੰ ਦਿੱਤੇ ਹੈਗੇ ਆ। ਜਿਵੇਂ ਕਹਿ ਲਈਏ ਵੀ ਅਗਰ ਆਪਾਂ ਲੋਕ ਸਭਾ ਚੋਣਾਂ ਦੀ ਗੱਲ ਕਰ ਲਈਏ ਤਾਂ ਸੁਖਬੀਰ ਸਿੰਘ ਬਾਦਲ ਨੇ ਵੀ ਆਪਣਾ ਸਿਆਸੀ ਕੈਰੀਅਰ ਫਰੀਦਕੋਟ ਤੋਂ ਹੀ ਸ਼ੁਰੂ ਕੀਤਾ ਸੀਗਾ। ਬਾਦਲ ਸਾਹਿਬ ਨੇ ਆਪਣਾ ਸਿਆਸੀ ਕੈਰੀਅਰ ਫਰੀਦਕੋਟ ਤੋਂ ਸ਼ੁਰੂ ਕੀਤਾ ਸੀ, ਅਤੇ ਗਿਆਨੀ ਜੈਲ ਸਿੰਘ ਜੋ ਰਾਸ਼ਟਰਪਤੀ ਬਣੇ ਆ ਉਹ ਵੀ ਫਰੀਦਕੋਟ ਦੀ ਧਰਤੀ ਤੋਂ ਹੀ ਬਿਲੋਂਗ ਕਰਦੇ ਹੈਗੇ ਆ। ਅਤੇ ਇਸ ਤਰ੍ਹਾਂ ਕਰਕੇ ਇਸ ਧਰਤੀ ਬੜੀ ਹੀ ਪਾਵਨ ਅਤੇ ਪਵਿੱਤਰ ਧਰਤੀ ਮੰਨੀ ਜਾਂਦੀ ਹੈ, ਅਤੇ ਇਤਿਹਾਸਿਕ ਵੀ ਬਹੁਤ ਹੈਗੀ ਹੈ। ਸਿਆਸਤ ਦੀ ਗੱਲ ਕੀਤੀ ਜਾਵੇ, ਜਿਵੇਂ ਮੈਂ ਦੱਸ ਚੁੱਕਾ ਹੈਗਾ, ਵੱਡੇ ਵੱਡੇ ਨੇਤਾ ਪੈਦਾ ਹੋਏ ਆ ਇੱਥੋਂ। ਅਤੇ ਅਗਰ ਹਮ 2014 ਦੀ ਗੱਲ ਕੀਤੀ ਜਾਵੇ ਤਾਂ 2014 ਵਿੱਚ ਵੀ ਮੁਕਾਬਲਾ ਕੜਾ ਦੇਖਣ ਨੂੰ ਮਿਲ ਰਿਹਾ। ਇੱਕ ਪਾਸੇ ਹੰਸਰਾਜ ਹੰਸ ਹੈਗੇ ਆ, ਉਹ ਵੀ ਇੱਕ ਕਲਾਕਾਰ ਹੈਗੇ ਆ, ਅਤੇ ਇੱਕ ਪਾਸੇ ਕਰਮਜੀਤ ਅਨਮੋਲ ਆ, ਉਹ ਵੀ ਇੱਕ ਕਲਾਕਾਰ ਨੇ। ਅਤੇ ਕਿਤੇ ਨਾ ਕਿਤੇ ਕਲਾਕਾਰ ਬਾਅਦ ਫਾਈਟ ਦਾ ਦੇਖਣ ਨੂੰ ਮਿਲ ਰਹੀ ਹੈਗੀ ਹੈ। ਅਤੇ ਅਗਰ ਕਾਂਗਰਸ ਔਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਵੀ ਤਗੜੀ ਫਾਈਟ ਹੈਗੀ ਹੈ। ਲੇਕਿਨ ਇਹਨਾਂ ਚਾਰਾਂ ਵੱਡੀਆਂ ਪਾਰਟੀਆਂ ਦੇ ਵਿੱਚ ਇੱਕ ਹੋਰ ਗੱਲਬਾਤ ਕੀਤੀ ਜਾਵੇ ਤਾਂ ਸਰਬਜੀਤ ਸਿੰਘ ਖਾਲਸਾ ਜੀ ਹੈਗੇ ਆ, ਜੋ ਬੇਅੰਤ ਸਿੰਘ ਦੇ ਲੜਕੇ ਨੇ, ਉਹ ਵੀ ਆਪਣੀ ਕਿਸਮਤ ਫਰੀਦਕੋਟ ਤੋਂ ਅਜਮਾ ਰਹੇ ਨੇ, ਜਿਹਨਾਂ ਨੇ ਇੰਦਰਾ ਗਾਂਧੀ ਗੋਲੀ ਮਾਰੀ ਸੀ। ਬੇਅੰਤ ਸਿੰਘ ਜੀ ਨੇ, ਉਹਨਾਂ ਦੇ ਬੇਟੇ ਨੇ ਸਰਬਜੀਤ ਸਿੰਘ, ਉਹ ਵੀ ਆਪਣੀ ਕਿਤੇ ਨਾ ਕਿਤੇ ਇਸਦੀ ਕਿਸਮਤ ਅਜਮਾ ਰਹੇ ਨੇ। ਅਤੇ ਦੇਖਿਆ ਜਾਵੇ ਤਾਂ ਹੁਣ ਇਸ ਵੇਲੇ ਉਹਨਾਂ ਨੂੰ ਕਾਫੀ ਮਤਲਬ ਕਿ ਹੁੰਗਾਰਾ ਮਿਲ ਰਿਹਾ, ਪਿੰਡਾਂ ਦੇ ਵਿੱਚ ਵੀ ਹੁੰਗਾਰਾ ਮਿਲ ਰਿਹਾ ਹੈ। ਦੇਖੋ ਜੀ, ਹੁਣ ਲੜਾਈ ਜਿਹੜੀ ਹੈ ਕਾਫੀ ਫਸਵੀਂ ਹੋ ਚੁੱਕੀ ਹੈ, ਪੰਜਕੋਣਾ ਮੁਕਾਬਲਾ ਵੇਖਿਆ ਜਾ ਰਿਹਾ ਹੈ। ਅਤੇ ਸੈਲੀਬ੍ਰਿਟੀ ਫੇਸਿਸ ਦੀ ਗੱਲ ਕੀਤੀ ਹੈ ਤੁਸੀਂ, ਸੈਲੀਬ੍ਰਿਟੀ ਵਰਸਿਸ ਸੈਲੀਬ੍ਰਿਟੀ, ਹੰਸਰਾਜ ਹੰਸ ਵਰਸਿਸ ਕਰਮਜੀਤ ਅਨਮੋਲ, ਅਤੇ ਵੇਖਿਆ ਜਾਵੇ ਕਰਮਜੀਤ ਅਨਮੋਲ ਦੇ ਰੋਡ ਸ਼ੋਅ ਦੇ ਵਿੱਚ ਤਾਂ ਜਿਹੜੇ ਸੈਲੀਬ੍ਰਿਟੀ ਫੇਸਿਸ ਨਜ਼ਰ ਆਉਂਦੇ ਨੇ, ਹੰਸਰਾਜ ਹੰਸ ਲਈ ਹੁਣ ਤੱਕ ਕਿਸੇ ਨੇ ਪ੍ਰਚਾਰ ਕੀਤਾ? ਹੰਸਰਾਜ ਹੰਸ ਲਈ ਹਜੇ ਤੱਕ ਤਾਂ ਕੋਈ ਨਹੀਂ ਆਇਆ। ਅੱਜ ਦੀ ਤਰੀਕ ਤੱਕ ਅਗਰ ਗੱਲ ਕੀਤੀ ਜਾਵੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈਗਾ ਕੋਈ ਕੇਂਦਰੀ ਮੰਤਰੀ ਜਾਂ ਕੋਈ ਬੜੇ ਨੇਤਾ ਦਾ ਚਿਹਰਾ ਆ ਸਕਦਾ ਹੈਗਾ ਫਰੀਦਕੋਟ ਵਿੱਚ। ਲੇਕਿਨ ਹਾਲੇ ਤੱਕ ਤਾਂ ਇਹਨਾਂ ਦੀ ਰੈਲੀਆਂ ਦੇ ਵਿੱਚ ਕੋਈ ਵੱਡਾ ਨੇਤਾ ਹਜੇ ਤੱਕ ਨਹੀਂ ਦੇਖਿਆ ਗਿਆ। ਇਹ ਆਪ ਹੀ ਡੋਰ ਟੂ ਡੋਰ ਪਿੰਡਾਂ ਪਿੰਡਾਂ ਵਿੱਚ ਜਾ ਰਹੇ ਹੈਗੇ ਆ। ਚਲੋ, ਸੈਲੀਬ੍ਰਿਟੀ ਨਾ ਸਹੀ ਕੋਈ ਸਿੰਗਰ ਆਇਆ ਹੋਵੇ ਹੰਸਰਾਜ ਹੰਸ ਦੇ। ਹਾਂ, ਸਿੰਗਰ ਛੋਟੇ ਮੋਟੇ ਤਾਂ ਇਹਨਾਂ ਦੇ ਨਾਲ ਹੈਗੇ, ਲੇਕਿਨ ਕਰਮਜੀਤ ਅਨਮੋਲ ਦੀ ਗੱਲ ਕੀਤੀ ਹੈ ਤਾਂ ਕਰਮਜੀਤ ਅਨਮੋਲ ਦੇ ਨਾਲ ਕਾਫੀ ਸਿੰਗਰ ਜਿਵੇਂ ਗਿੱਪੀ ਗਰੇਵਾਲ ਹੋ ਗਿਆ, ਬੀਨੂ ਢਿੱਲੋਂ ਹੋ ਗਿਆ, ਹੋਰ ਜਿਹੜੇ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਜੋ ਦਿੱਗਜ ਕਲਾਕਾਰ ਨੇ, ਉਹ ਇਹਨਾਂ ਦਾ ਸਾਥ ਜ਼ਰੂਰ ਦੇ ਰਹੇ ਹੈਗੇ ਆ। ਉਹ ਹਰ ਰੈਲੀ ਦੇ ਵਿੱਚ ਇਹਨਾਂ ਦੇ ਇੱਕ ਨਾ ਇੱਕ ਕਲਾਕਾਰ, ਫਿਲਮੀ ਕਲਾਕਾਰ ਦੇਖਣ ਨੂੰ ਮਿਲਦਾ ਹੈ। ਵਿਧਾਨ ਸਭਾ ਚੋਣਾਂ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੀ ਹਵਾ ਬਹੁਤ ਸੀ, 92 ਸੀਟਾਂ ਵੀ ਆਈਆਂ ਨੇ ਉਸੇ ਬਦਲਾਅ ਦੇ ਨਤੀਜੇ ਕਾਰਨ, ਅਤੇ ਹੁਣ ਕੀ ਸਥਿਤੀ ਆਮ ਆਦਮੀ ਪਾਰਟੀ ਦੀ ਫਰੀਦਕੋਟ ਦੇ ਵਿੱਚ? ਆਮ ਆਦਮੀ ਪਾਰਟੀ ਦੀ ਸਥਿਤੀ ਕਾਫੀ ਮਜ਼ਬੂਤ ਹੈ, ਦੇਖਣ ਨੂੰ ਮਿਲ ਰਹੀ ਹੈਗੀ ਹੈ। ਕਿਉਂ? ਉਹਦਾ ਕਾਰਨ ਇਹ ਹੈ ਕਿ ਮੌਜੂਦਾ ਅਗਰ ਤੁਸੀਂ ਦੱਸਿਆ ਵੀ 92 MLA ਹੈਗੇ ਆ,
ਤੇ ਅਗਰ ਫਰੀਦਕੋਟ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ ਤਾਂ 9 ਵਿਧਾਨ ਸਭਾ ਜਿਹੜੇ ਹਲਕੇ ਹੈਗੇ ਆ ਉਹਨਾਂ ਵਿੱਚ ਇਹਨਾਂ ਦੇ ਆਪਦੇ ਵਿਧਾਇਕ ਵੀ ਹੈਗੇ ਆ ਜੋ ਜਿੱਤੇ ਹੋਏ ਆ, ਉਹ ਕਿਤੇ ਨਾ ਕਿਤੇ ਵੱਡੀ ਇਹਨਾਂ ਨੂੰ ਸਪੋਰਟ ਕਰ ਰਹੇ ਹੈਗੇ ਆ, ਸਰਕਾਰ ਦਾ ਵੀ ਸਪੋਰਟ ਮਿਲ ਰਿਹਾ ਹੈਗਾ। ਇਹ ਆਪਦੇ ਕੀਤੇ ਹੋਏ ਕੰਮਾਂ ਦੇ ਪਿਛਲੇ 2 ਸਾਲਾਂ ਦੇ ਕੰਮ ਜਿਹੜੇ ਇਹਨਾਂ ਨੇ ਕੀਤੇ ਹੋਏ ਸਰਕਾਰ ਨੇ ਉਹ ਗਿਣਾ ਕੇ ਵੋਟ ਦੀ ਅਪੀਲ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਵੀ ਅਸੀਂ ਆਹ ਕੀਤਾ ਅਸੀਂ ਉਹ ਕੀਤਾ। ਤੇ ਜੋ ਵੀ ਹੁਣ ਸਰਕਾਰ ਨੇ ਹੁਣ ਤੱਕ ਜੇ ਬਿਜਲੀ ਫ੍ਰੀ ਦੀ ਗੱਲ ਕਰ ਲਈਏ ਜਾਂ ਹੋਰ ਜਿਹੜੇ ਵਾਅਦੇ ਅੱਧੇ ਵਾਅਦੇ ਪੂਰੇ ਕੀਤੇ ਅੱਧੇ ਹਜੇ ਨਹੀਂ ਕੀਤੇ ਗਏ, ਤੇ ਉਹਦਾ ਕਿਤੇ ਐਡਵਾਂਟੇਜ ਉਹਨਾਂ ਨੂੰ ਜ਼ਰੂਰ ਮਿਲਦਾ ਨਜ਼ਰ ਆ ਰਿਹਾ। ਸੋ ਬੇਸਿਕਲੀ ਅਸੀਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਕੰਮ ਕੀਤੇ ਨੇ ਲੋਕ ਬਹੁਤ ਹੀ ਹੱਦ ਤੱਕ ਉਹਨਾਂ ਤੋਂ ਖੁਸ਼ ਵੀ ਨੇ। ਬਿਲਕੁਲ, ਕਾਫੀ ਹੱਦ ਤੱਕ ਲੋਕ ਖੁਸ਼ ਨੇ ਕਿਉਂਕਿ ਬਿਜਲੀ ਇੱਕ ਬਹੁਤ ਵੱਡੀ ਸਮੱਸਿਆ ਹੈਗੀ ਸੀ, ਗਰੀਬ ਲੋਕਾਂ ਦੇ ਵੱਡੇ ਵੱਡੇ ਬਿੱਲ ਆ ਜਾਂਦੇ ਸੀਗੇ, ਉੱਥੋਂ ਕਿਤੇ ਨਾ ਕਿਤੇ ਨਿਜਾਤ ਮਿਲੀ ਹੈਗੀ ਆ ਲੋਕਾਂ ਨੂੰ। ਹੋਰ ਵੀ ਕਈ ਸਰਕਾਰ ਦੀਆਂ ਪੋਲਿਸੀ ਹੈਗੀਆਂ ਜਿਹੜੀਆਂ ਸਰਕਾਰ ਲੋਕ ਉਹਦਾ ਫਾਇਦਾ ਉਠਾ ਰਹੇ ਹੈਗੇ ਆ, ਲੇਕਿਨ ਹਜੇ ਤੱਕ ਕੁਛ ਲੋਕਾਂ ਦੇ ਵਿੱਚ ਹਜੇ ਸ਼ਿਕਾਇਤ ਵੀ ਹੈਗੀ ਆ, ਜਿਵੇਂ 1000 ਰੁਪਇਆ ਮਹਿਲਾਵਾਂ ਨੂੰ ਵੀ ਮਿਲਿਆ, ਹੋਰ ਕੁਛ ਕਈ ਹੈਗੇ ਜੋ ਹਜੇ ਸਰਕਾਰ ਦੇ ਵਾਅਦੇ ਪੂਰੇ ਨਹੀਂ ਕੀਤੇ ਹੈਗੇ, ਲੇਕਿਨ ਇਹ ਸਰਕਾਰ ਦਾ ਹੋਣਾ ਕਰਮਜੀਤ ਲਈ ਬਹੁਤ ਵੱਡੀ ਫਾਇਦੇਮੰਦ ਵਾਲੀ ਗੱਲ। ਸਰਬਜੀਤ ਸਿੰਘ ਖਾਲਸਾ ਦਾ ਜ਼ਿਕਰ ਕੀਤਾ ਤੁਸੀਂ, ਆਜ਼ਾਦ ਉਮੀਦਵਾਰ ਨੇ ਉਹ ਤੇ ਕਾਫੀ ਰੁਤਬਾ ਵੀ ਰੱਖਦੇ ਨੇ, ਪਿੱਛੇ ਕਿ ਜੇ ਉਹਨਾਂ ਦੀ ਚੋਣ ਰੈਲੀ ਦੇ ਵਿੱਚ ਇਕੱਠ ਬਹੁਤ ਹੋਇਆ, ਇਹ ਜਿਹੜੀ ਅਸਲ ਤਸਵੀਰ ਗਰਾਊਂਡ ਤੋਂ ਇਹੀ ਆ ਰਹੀ ਹੈ ਜਾਂ ਫਿਰ ਇਹ ਸਿਰਫ ਸੋਸ਼ਲ ਮੀਡੀਆ ਦੀ ਦੇਣ ਹੈ? ਨਹੀਂ ਦੇਖੋ, ਸੋਸ਼ਲ ਮੀਡੀਆ ਦੀ ਦੇ ਤਾਂ ਇਹਨਾਂ ਨੂੰ ਕਿੰਨਾ ਕੁ ਹੁਲਾਰਾ ਮਿਲ ਰਿਹਾ ਤਾਂ ਆਉਣ ਵਾਲਾ ਸਮਾਂ ਦੱਸੇਗਾ, ਲੇਕਿਨ ਅਗਰ ਫਰੀਦਕੋਟ ਦੀ ਗੱਲ ਕੀਤੀ ਜਾਏ ਤਾਂ ਫਰੀਦਕੋਟ ਦੇ ਵਿੱਚ ਬਹੁਤ ਵੱਡਾ ਮੁੱਦਾ ਸੀ ਬੇਅਦਬੀ ਮਾਮਲਾ, ਜੋ ਕਿ ਇੱਥੇ ਕਾਫੀ ਭਖਿਆ ਤੇ ਉਹ ਅੱਜ ਵੀ ਕੋਰਟ ਕਚਹਿਰੀਆਂ ਦੇ ਵਿੱਚ ਵੀ ਉਹ ਕੇਸ ਚੱਲ ਰਹੇ ਹੈਗੇ ਆ, ਤੇ ਕਿਤੇ ਨਾ ਕਿਤੇ ਬੇਅਦਬੀ ਇਫੈਕਟ ਦਾ ਉਹਨਾਂ ਨੂੰ ਇਹ ਫਾਇਦਾ ਮਿਲ ਰਿਹਾ ਹੈਗਾ ਵੀ ਲੋਕ ਕਾਫੀ ਹੱਦ ਤੱਕ ਜਿਹੜੇ ਸਿੱਖ ਪੰਥ ਦੇ ਲੋਕ ਨੇ ਜਾਂ ਸਿੱਖੀ ਨਾਲ ਜੁੜੇ ਹੋਏ ਲੋਕ ਨੇ ਉਹ ਉਹਨਾਂ ਦਾ ਸਾਥ ਦੇਣ ਲਈ ਨਿਕਲੇ ਹੈਗੇ ਆ। ਅਸੀਂ ਕਈ ਪਿੰਡਾਂ ਦੇ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ ਆ, ਲੋਕਾਂ ਨੇ ਇਹ ਗੱਲ ਇੱਥੋਂ ਤੱਕ ਕਹਿਤੀ ਹੈ ਕਿ ਅਸੀਂ ਤਾਂ ਕਿਸੇ ਹੋਰ ਪਾਰਟੀ ਦਾ ਬੂਥ ਵੀ ਨਹੀਂ ਲੱਗਣ ਦਿਆਂਗੇ। ਕਈ ਫਰੀਦਕੋਟ ਦੇ ਪਿੰਡ ਆ ਉਹ ਕਹਿੰਦੇ ਬੂਥ ਹੀ ਅਸੀਂ ਇਸ ਤਰ੍ਹਾਂ ਸਭ ਦੀ ਖਾਲਸੇ ਦਾ ਇੱਕ ਹੀ ਬੂਥ ਲਾਉਣਾ ਔਰ ਕਿਸੇ ਪਾਰਟੀ ਦਾ ਬੂਥ ਲਾਉਣਾ ਹੀ ਨਹੀਂ ਹੈ। ਕਾਫੀ ਲੋਕ ਇਹਨਾਂ ਨਾਲ ਹੁਣ ਜੁੜਦੇ ਜਾ ਰਹੇ ਆ, ਅਕਾਲੀ ਦਲ ਦੇ ਵੀ ਕਾਫੀ ਵੋਟਾਂ ਇਹਨਾਂ ਨੂੰ ਪੈਣ ਦੀ ਉਮੀਦ ਹੈਗੀ ਹੈ। ਕਿਸਾਨਾਂ ਦੀ ਗੱਲ ਕਰਦੇ ਹਾਂ, ਕਿਸਾਨਾਂ ਵੱਲੋਂ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਅੱਜ ਵੀ ਪੰਜਾਬ ਭਰ ਦੇ ਵਿੱਚ ਭਾਜਪਾ ਆਗੂਆਂ ਦੇ ਘਰਾਂ ਬਾਹਰ 4 ਘੰਟੇ ਦਾ ਧਰਨਾ ਦਿੱਤਾ ਗਿਆ, ਕਿਵੇਂ ਦੇਖਦੇ ਹੋ ਕਿਸਾਨ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੇ ਮੁਜ਼ਾਰੇ ਭਾਜਪਾ ਲਈ ਨੁਕਸਾਨ ਦੇਣਗੇ ਉਹਨਾਂ ਨੂੰ ਜਾਂ ਫਿਰ ਤਸਵੀਰ ਬਦਲੂਗੀ? ਦੇਖੋ, ਕਿਸਾਨ ਆਪਣੇ ਮੰਗਾਂ ਨੂੰ ਲੈ ਕੇ MSP ਦੀ ਵਗੈਰਾ ਨੂੰ ਲੈ ਕੇ ਧਰਨੇ ਮੁਜ਼ਾਹਰੇ ਤਾਂ ਲਗਾ ਰਹੇ ਆ, ਜਿੱਥੇ ਵੀ ਇਹ ਅਗਰ BJP ਦੇ ਉਮੀਦਵਾਰ ਜਾਂਦੇ ਆ ਉਹ ਉੱਥੇ ਆਪਦਾ ਕਾਲਾ ਝੰਡਾ ਲੈ ਕੇ ਪਹੁੰਚ ਜਾਂਦੇ ਆ ਤੇ ਉਮੀਦਵਾਰ ਤੋਂ ਆਪਦੇ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦੇ ਆ। ਉਹ ਕਹਿੰਦੇ ਸਾਡੇ 11 ਸਵਾਲਾਂ ਦਾ ਜਵਾਬ ਦੇ ਦੇਣ ਉਮੀਦਵਾਰ, ਲੇਕਿਨ ਵਿਰੋਧ ਦਾ ਸਾਹਮਣਾ BJP ਨੂੰ ਬਹੁਤ ਕਰਨਾ ਪੈ ਰਿਹਾ ਹੈਗਾ। ਤੇ ਅਗਰ BJP ਕੈਂਡੀਡੇਟ ਦੀ ਗੱਲ ਕੀਤੀ ਹੈ ਤਾਂ ਦੂਸਰੇ ਪਾਸੇ ਅਗਰ ਜਿੱਥੇ ਕਿਸਾਨ ਵਿਰੋਧ ਕਰ ਰਹੇ ਆ, ਦੂਸਰੇ ਪਾਸੇ ਵਪਾਰੀ ਵਰਗ ਕਾਫੀ ਇਹਨਾਂ ਨਾਲ ਜੁੱਟਦਾ ਨਜ਼ਰ ਆ ਰਿਹਾ ਹੈਗਾ। ਤੇ ਜੇਕਰ ਰਾਮ ਮੰਦਿਰ ਦਾ ਫਾਇਦਾ ਵੀ ਇਹਨਾਂ ਨੂੰ ਕਾਫੀ ਮਿਲਣ ਦੀ ਉਮੀਦ ਹੈਗੀ ਹੈ, ਕਿਉਂਕਿ ਰਾਮ ਮੰਦਿਰ ਇੱਕ ਧਾਰਮਿਕ ਆਪਾਂ ਕਹਿ ਸਕਦੇ ਹੈਗੇ ਆ, ਲੋਕ ਹੈਗੇ ਜਿਹੜੇ ਮਹਾਜਨ ਹੈਗੇ ਆ ਉਹ ਵੀ ਇਹਨਾਂ ਨੂੰ ਕਾਫੀ ਹੱਦ ਤੱਕ ਵੋਟ ਪਾ ਸਕਦੇ ਹੈਗੇ ਆ, ਲੇਕਿਨ ਪਿੰਡਾਂ ਦੇ ਵਿੱਚ ਇਹਨਾਂ ਦਾ ਖੁੱਲ੍ਹ ਕੇ ਵਿਰੋਧ ਹੋ ਰਿਹਾ। ਕਿਸਾਨ ਨਹੀਂ ਚਾਹੁੰਦੇ ਵੀ BJP ਦਾ ਕੋਈ ਉਮੀਦਵਾਰ ਉਹਨਾਂ ਦੇ ਪਿੰਡ 'ਚ ਪੜੇ। ਹੰਸਰਾਜ ਹੰਸ ਦਾ ਕਾਫੀ ਵਿਰੋਧ ਹੋਇਆ ਪਿੱਛੇ ਕਿ ਜੇ ਉਹ ਉਹਨਾਂ ਦਾ ਲਹਿਜ਼ਾ ਵੀ ਬਦਲਿਆ, ਉਹਨਾਂ ਕਿਹਾ ਕਿ 2 ਜੂਨ ਤੋਂ ਬਾਅਦ ਦੇਖ ਲਾਂਗੇ ਕਿਹੜੇ ਖੱਬੀ ਖਾਨ ਨੇ, ਅਤੇ ਉਸ ਤੋਂ ਬਾਅਦ ਵੀ ਉਹ ਭਾਵੁਕ ਹੁੰਦੇ ਨਜ਼ਰ ਆਏ। ਲੋਕ ਹੰਸਰਾਜ ਹੰਸ ਦੇ ਇਸ ਰਵੱਈਏ ਨੂੰ ਕਿਸ ਤਰ੍ਹਾਂ ਵੇਖ ਰਹੇ ਨੇ? ਦੇਖੋ, ਹੰਸਰਾਜ ਹੰਸ ਜਿੱਥੇ ਜਾਂਦੇ ਸੀ ਉੱਥੇ ਕਿਸਾਨ ਉਹਨਾਂ ਦਾ ਵਿਰੋਧ ਕਰਦੇ ਸੀਗੇ, ਅਤੇ ਉਸੇ ਵਿੱਚ ਹੀ ਉਹਨਾਂ ਦਾ ਇੱਕ ਵਿਵਾਦਿਤ ਵੀਡੀਓ ਆਇਆ ਸਾਹਮਣੇ ਆਇਆ, ਜਿਹਦੇ ਵਿੱਚ ਉਹ ਕਹਿ ਰਿਹਾ ਵੀ ਮੈਂ 2 ਤਰੀਕ ਨੂੰ ਦੇਖ ਲਵਾਂਗਾ।
ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਗੱਲ ਨੂੰ ਮੰਨਿਆ ਵੀ ਆ ਵੀ ਉਹਨਾਂ ਤੋਂ ਗਲਤੀ ਹੋਈ, ਉਹਨਾਂ ਨੇ ਮਾਫ਼ੀ ਵੀ ਮੰਗੀ ਹੈ ਅਤੇ ਕਿਤੇ ਨਾ ਕਿਤੇ ਵਿਰੋਧ ਦਾ ਸਾਹਮਣਾ ਤਾਂ ਉਹਨਾਂ ਨੂੰ ਕਰਨਾ ਪੈ ਰਿਹਾ ਹੈਗਾ। ਪਿੰਡਾਂ ਅਤੇ ਸ਼ਹਿਰੀ ਜਿਹੜੇ ਵੋਟਰ ਨੇ ਉਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ, ਕਿਉਂਕਿ ਇਹ ਜਾਣਨਾ ਬਹੁਤ ਜ਼ਰੂਰੀ ਹੈ। ਲੋਕ ਸਭਾ ਚੋਣਾਂ ਕਾਫ਼ੀ ਅਹਿਮ ਯੋਗਦਾਨ ਹੁੰਦਾ ਸਰਕਾਰ ਬਣਾਉਣ ਦੇ ਵਿੱਚ, ਅਤੇ ਪੰਜਾਬ ਦੇ ਵਿੱਚ 13 ਸੀਟਾਂ ਨੇ, 13 ਸੀਟਾਂ ਵਿੱਚੋਂ ਇੱਕ ਰਿਜ਼ਰਵ ਸੀਟ ਫਰੀਦਕੋਟ ਵੀ ਹੈ, ਅਤੇ ਇਸ ਦੇ ਵਿੱਚ ਅਹਿਮ ਇਹ ਹੋ ਜਾਂਦਾ ਹੈ ਕਿ ਪਿੰਡਾਂ ਦੇ ਲੋਕ ਕੀ ਸੋਚਦੇ ਨੇ, ਸ਼ਹਿਰਾਂ ਦੇ ਲੋਕ ਕੀ ਸੋਚਦੇ ਨੇ, ਉਹ ਜ਼ਰੂਰ ਦੱਸਿਓ। ਦੇਖੋ ਪਿੰਡਾਂ ਦੇ ਲੋਕ ਤਾਂ ਆਪਣੀਆਂ ਉਹ ਹੀ ਹੈ, ਜੋ ਪਿੰਡਾਂ ਦੇ ਵਿੱਚ ਜ਼ਿਆਦਾਤਰ ਤਾਂ ਲੋਕ ਕਿਸਾਨ ਨੇ, ਕਿਸਾਨ ਆਪਣੀ MSP ਨੂੰ ਲੈ ਕੇ ਹੀ ਧਰਨੇ ਦੇ ਰਹੇ ਸੀ, ਉਹ ਕਹਿੰਦੇ ਸਾਨੂੰ ਉੱਥੇ ਦਿੱਲੀ ਨਹੀਂ ਵੜਨ ਦਿੱਤਾ ਜਾ ਰਿਹਾ ਅਤੇ ਅਸੀਂ ਉਹਨਾਂ ਦੇ ਉਮੀਦਵਾਰਾਂ ਨੂੰ ਇੱਕ ਨਿਊਜ਼। ਪਿੰਡਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ BJP ਦਾ ਕਾਫ਼ੀ ਵਿਰੋਧ ਹੋ ਰਿਹਾ ਹੈਗਾ, ਲੇਕਿਨ ਇਹ ਦੂਸਰੇ ਪਾਸੇ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਨੂੰ ਪਿੰਡਾਂ ਦੇ ਵਿੱਚ ਜਿਵੇਂ ਪੱਕੀ ਵੋਟ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਨੂੰ ਜਿਹੜੀ ਪੱਕੀ ਵੋਟ ਆ ਉਹ ਤਾਂ ਪੈਣੀ ਪੈਣੀ ਹੈ ਇਹਨਾਂ ਨੂੰ, ਉਹਦਾ ਦੂਸਰੇ ਪਾਸੇ ਕੀ ਕਹਿੰਦੇ ਆ ਅਗਰ ਪਿੰਡਾਂ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਸਰਬਜੀਤ ਖਾਲਸਾ ਦੇ ਨਾਲ ਵੀ ਲੋਕ ਕਾਫ਼ੀ ਜੁੜ ਗਏ ਆ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ, ਕਿਉਂਕਿ ਪਹਿਲਾਂ ਇੰਨੀ ਹਵਾ ਹੈਗੀ ਸੀ, ਹੁਣ ਲੋਕ ਕਾਫ਼ੀ ਪਿੰਡਾਂ ਦੇ ਵਿੱਚ ਜੋ ਹੈ ਸਰਬਜੀਤ ਦੇ ਨਾਲ ਜੁੜ ਚੁੱਕੇ ਹੈਗੇ ਆ, ਅਤੇ ਹੰਸਰਾਜ ਹੰਸ ਨੂੰ ਇਹਦਾ ਨੁਕਸਾਨ ਹੋ ਸਕਦਾ ਹੈਗਾ ਕਿਉਂਕਿ ਅਕਾਲੀ ਦਲ ਔਰ ਸਰਬਜੀਤ ਨੂੰ ਕਾਫ਼ੀ ਵੋਟ ਪੈ ਸਕਦੀ ਹੈ ਪਿੰਡਾਂ ਦੇ ਵਿੱਚ। ਅਗਰ ਤੁਸੀਂ ਸ਼ਹਿਰ ਦੀ ਗੱਲ ਕੀਤੀ ਹੈ, ਸ਼ਹਿਰ ਦੇ ਵਿੱਚ ਅਗਰ ਗੱਲ ਕਰਾਂ ਮੈਂ ਤਾਂ ਹੰਸਰਾਜ ਹੰਸ ਅਤੇ ਕਾਂਗਰਸ ਦਾ ਵੀ ਕਾਫ਼ੀ ਵੱਡਾ ਉਹ ਹੈਗਾ ਵੋਟ ਬੈਂਕ ਹੈਗਾ। ਫਿਰ ਸ਼ਹਿਰਾਂ ਦੇ ਵਿੱਚ ਕਿਉਂਕਿ ਲੋਕ ਵਪਾਰੀ ਵਰਗ ਨਾਲ ਨੇ, ਕੁਛ ਦੁਕਾਨਦਾਰ ਨੇ, ਕੁਛ ਹੋਰ ਨੇ, ਉਹ ਕਿਤੇ ਨਾ ਕਿਤੇ ਹੰਸਰਾਜ ਹੰਸ ਨਾਲ ਜੁੜੇ ਹੋਏ ਨਜ਼ਰ ਆਏ ਹੈ ਅਤੇ ਡੋਰ ਟੂ ਡੋਰ ਉਹਨਾਂ ਦਾ ਚੱਲ ਰਿਹਾ ਹੈਗਾ, ਅਤੇ ਕਾਂਗਰਸ ਦੇ ਵੀ ਜਿਹੜੀ ਸ਼ਹਿਰ ਦੇ ਵਿੱਚੋਂ ਵੋਟ ਬਦਲਣ ਦੀ ਉਮੀਦ ਹੈਗੀ ਹੈ। ਤੁਸੀਂ ਹਮੇਸ਼ਾ ਗਰਾਊਂਡ 'ਤੇ ਰਹਿੰਦੇ ਹੋ, ਗਰਾਊਂਡ ਜ਼ੀਰੋ ਕਵਰ ਕਰਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ ਕਿਹੜੇ ਜਿਹੜੇ ਆਗੂ ਨੇ ਉਹਨਾਂ ਦਾ ਮੁਕਾਬਲਾ ਫਸਮਾ ਹੋ ਸਕਦਾ? ਦੇਖੋ ਮੈਂ ਅਗਰ ਅੱਜ ਦੀ ਗੱਲ ਕਰਾਂ ਤਾਂ ਅੱਜ ਅਗਰ ਆਮ ਆਦਮੀ ਪਾਰਟੀ ਕਰਮਜੀਤ ਅਨਮੋਲ ਅਤੇ ਕੀ ਕਹਿੰਦੇ ਅਕਾਲੀ ਦਲ ਨੇ ਰਾਜਵਿੰਦਰ ਸਿੰਘ ਦਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈਗਾ, ਅਤੇ ਦੂਸਰੇ ਪਾਸੇ ਅਮਰਜੀਤ ਸਾਹੂਕੇ ਅਤੇ ਹੰਸਰਾਜ ਹੰਸ ਦਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈਗਾ ਅਗਰ ਦੋ ਦਿਨਾਂ ਦੀ ਗੱਲ ਕੀਤੀ ਜਾਵੇ। ਪਹਿਲੇ ਨੰਬਰ 'ਤੇ ਮੈਂ ਕਹਿ ਸਕਦਾ ਵੀ ਕਰਮਜੀਤ ਅਨਮੋਲ ਅੱਗੇ ਜਾ ਰਹੇ ਆ ਕਿਉਂਕਿ ਉਹਨਾਂ ਦੇ ਫੈਨ ਫਾਲੋਅਰਸ ਕਾਫ਼ੀ ਨੇ, ਅਗਰ ਫਿਲਮਾਂ ਦੇ ਵਿੱਚੋਂ ਆਏ ਆ ਉਹਨਾਂ ਨੂੰ ਫੈਨ ਫਾਲੋਅਰ ਦੇ ਪਿੰਡਾਂ ਦੇ ਵਿੱਚ ਵੀ ਉਹਨਾਂ ਦੇ ਫੈਨ ਫਾਲੋਅਰ ਹੈਗੇ, ਸ਼ਹਿਰ ਦੇ ਵਿੱਚ ਵੀ ਫੈਨ ਫਾਲੋਅਰ ਹੈਗੇ ਆ ਜਿਹਦੇ ਕਰਕੇ ਉਹਨਾਂ ਦੀ ਬੜਤ ਨਜ਼ਰ ਆ ਰਹੀ ਹੈ। ਫਰੀਦਕੋਟ ਦੇ ਲੋਕ ਕੀ ਚਾਹੁੰਦੇ ਨੇ, ਉਹਨਾਂ ਦੀ ਡਿਮਾਂਡ ਕੀ ਹੈ, ਮੁੱਦੇ ਕਿਹੜੇ ਚੁੱਕ ਰਹੇ ਨੇ ਕਿ ਜਿਹੜਾ ਸਿਆਸਤਦਾਨ ਉਹਨਾਂ ਕੋਲ ਵੋਟ ਮੰਗਣ ਆਵੇ, ਅਤੇ ਲੋਕ ਕੀ ਡਿਮਾਂਡ ਕਰਦੇ ਨੇ? ਦੇਖੋ ਫਰੀਦਕੋਟ ਦੇ ਅਗਰ ਮੁੱਦਿਆਂ ਦੀ ਗੱਲ ਕੀਤੀ ਹੈ ਤਾਂ ਮੈਂ ਮੁੱਦਿਆਂ 'ਤੇ ਆਉਂਦਾ, ਫਰੀਦਕੋਟ ਦੇ ਕਈ ਮੁੱਦੇ ਨੇ ਜਿਵੇਂ ਫਰੀਦਕੋਟ ਦੇ ਵਿੱਚ ਇੱਕ ਪੁਰਾਣੀ ਸੀਗੀ ਸ਼ੂਗਰ ਮਿਲ ਸੀਗੀ ਜੋ ਕਿ ਹਰ ਚਾਹੇ ਕੋਈ ਵੀ ਚੁਣਾਵ ਹੁੰਦੇ ਸੀਗੇ ਜਾਂ ਚੋਣਾਂ ਹੁੰਦੀਆਂ ਸੀ ਉਹਦੇ ਵਿੱਚ ਇੱਕ ਮੁੱਦਾ ਖੜਾ ਹੁੰਦਾ ਸੀ ਕਿ ਅਸੀਂ ਸ਼ੂਗਰ ਮਿਲ ਨੂੰ ਅਸੀਂ ਕੀ ਕਹਿੰਦੇ ਆ ਬਣਾਵਾਂਗੇ, ਉਹਨੂੰ ਅਪਡੇਟ ਕਰਾਂਗੇ, ਲੇਕਿਨ ਉਹ ਸ਼ੂਗਰ ਮਿਲ ਖਤਮ ਹੀ ਹੋ ਗਈ ਹੈ ਕਿਤੇ ਨਾ ਕਿਤੇ, ਅਤੇ ਉਹਦੇ ਨਾਲ ਲੋਕਾਂ ਨੂੰ ਕੀ ਕਹਿੰਦੇ ਰੁਜ਼ਗਾਰ ਖਤਮ ਹੋ ਗਿਆ ਹੈਗਾ। ਫਰੀਦਕੋਟ ਦੇ ਅਗਰ ਤੁਸੀਂ 10 ਸਾਲ ਦੀ ਗੱਲ ਕੀਤੀ ਉਦੋਂ ਕੋਈ ਫੈਕਟਰੀ ਵਗੈਰਾ ਕੋਈ ਰੁਜ਼ਗਾਰ ਲਈ ਕੋਈ ਸਾਧਨ ਨਹੀਂ ਆਇਆ, ਅਤੇ ਮੈਂ ਇੱਥੇ ਇਹ ਜ਼ਿਕਰ ਕਰਨਾ ਚਾਹੂੰਗਾ ਕਿ ਜੇ ਅਗਰ ਮੁਹੰਮਦ ਸਦੀਕ ਜੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਤੋਂ ਵੀ ਕਾਫ਼ੀ ਲੋਕ ਨਾਰਾਜ਼ ਨਜ਼ਰ ਆ ਰਹੇ ਆ। ਲੋਕਾਂ ਦਾ ਇਹ ਕਹਿਣਾ ਵੀ ਉਹ ਸਾਡੇ ਵਿੱਚ ਵਿਚਰੇ ਨਹੀਂ, ਸਾਡੇ ਨਾਲ ਗੱਲਬਾਤ ਹੀ ਨਹੀਂ ਕੀਤੀ ਆ ਕੇ ਵੀ ਕੀ ਲੋਕਾਂ ਦੇ ਮੁੱਦੇ ਨੇ, ਕਿਉਂਕਿ ਫਰੀਦਕੋਟ ਦੀ ਅਗਰ ਗੱਲ ਕੀਤੀ ਜਾਵੇ ਤਾਂ BJP ਮੁੱਦਾ ਹੈਗਾ, ਆਹ ਸ਼ੂਗਰ ਮਿਲ ਦਾ ਮੁੱਦਾ ਹੈਗਾ, ਨਸ਼ੇ ਦਾ ਮੁੱਦਾ ਹੈਗਾ, ਬੇਰੁਜ਼ਗਾਰੀ ਮੁੱਦਾ ਹੈਗਾ, ਇਹ 3-4 ਮੁੱਦੇ ਨੇ ਜੋ ਹਾਵੀ ਨੇ ਅਤੇ ਲੇਕਿਨ ਅੱਜ ਤੱਕ ਹੱਲ ਨਹੀਂ ਹੋਏਗੀ। ਅਤੇ ਲੋਕਾਂ ਦੀ ਕੀ ਆਸ ਹੈ, ਕਿਹੜੀ ਪਾਰਟੀ ਹੱਲ ਕਰੂਗੀ ਇਸ ਵਾਰ?
ਲੋਕਾਂ ਨੂੰ ਤਾਂ ਹਜੇ ਲੋਕ ਤਾਂ ਹਜੇ ਇਹੀ ਮੰਨ ਰਹੇ ਹੈਗੇ ਵੀ ਸ਼ਾਇਦ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ, ਜਿਵੇਂ ਕਰਮ ਜੀ ਦਾ ਮੌਤ ਦੀ ਮੈਂ ਗੱਲ ਕੀਤੀ ਹੈਗੀ ਹੈ, ਤੇ ਇਹ ਇਸ ਵੇਲੇ ਇਹਨਾਂ ਦੀ ਬੜਤ ਨਜ਼ਰ ਆ ਰਹੀ ਹੈਗੀ ਹੈ ਵੀ ਲੋਕ ਹਜੇ ਤਾਂ ਇਹਨਾਂ ਨਾਲ ਹੈਗੇ ਆ, ਤੇ ਅਗਲੇ ਹਜੇ 3-4 ਦਿਨ ਹੋਰ ਪਏ ਹੈਗੇ, ਉਹਨਾਂ ਦੇਖਾਂਗੇ ਵੀ ਕੀ ਕਿਹੜੇ ਕਰਵਟ ਇਹ ਸਿਆਸਤ ਚੱਲਦੀ ਹੈ। ਮੁੱਖ ਮੰਤਰੀ ਭਗਵੰਤ ਮਾਨ 13-0 ਦਾ ਨਾਰਾ ਦੇ ਰਹੇ ਨੇ ਕਿ 13 ਸੀਟਾਂ ਸਾਡੀਆਂ ਜਿੱਤਾਂਗੇ ਅਸੀਂ ਦਾਅਵਾ ਕਰ ਰਹੇ ਨੇ, ਤੇ ਬਿਲਕੁਲ ਫਰੀਦਕੋਟ ਦੇ ਵਿੱਚ ਵੀ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਬੜਤ ਜਿਹੜੀ ਉਹ ਬਣੂਗੀ ਇਸ ਵਾਰ। ਹਾਂਜੀ ਦੇਖੋ ਬਿਲਕੁਲ, ਕਿਉਂਕਿ ਭਗਵੰਤ ਮਾਨ ਜੀ ਖੁਦ ਆਪ ਆਏ ਸੀਗੇ ਇੱਥੇ ਰੋਡ ਸ਼ੋਅ ਕਰਨ ਵਾਸਤੇ, ਇਹਨਾਂ ਦੇ ਹੱਥ ਦੇ ਵਿੱਚ ਜੈਤੋਂ ਦੇ ਵਿੱਚ ਇੱਕ ਰੋਡ ਸ਼ੋਅ ਹੋਇਆ ਸੀਗਾ, ਉੱਥੇ ਖੁਦ ਆਪ ਆ ਕੇ ਇੱਥੇ ਕੀ ਕਹਿੰਦੇ ਜੈਤੋਂ ਵਾਸਤੇ ਇਹਨਾਂ ਗੱਲਬਾਤ ਕੀਤੀ ਹੈ ਤੇ ਵੋਟ ਦੀ ਅਪੀਲ ਕੀਤੀ ਹੈਗੀ ਹੈ, ਤੇ ਕਿਤੇ ਨਾ ਕਿਤੇ ਹਜੇ ਤੱਕ ਦਾ ਤਾਂ ਇਹ ਲੱਗ ਰਿਹਾ ਹੈਗਾ ਵੀ ਕਰਮਜੀਤ ਅਨਮੋਲ ਅੱਗੇ ਜਾ ਰਹੇ ਹੈਗੇ ਤੇ ਦੂਸਰੀ ਪਾਰਟੀਆਂ ਨੂੰ ਹਜੇ ਥੋੜ੍ਹਾ ਜਿਹਾ ਸਬਰ ਕਰਨਾ ਪਏਗਾ। ਪਿਛਲੇ 5 ਵਾਰ ਦੀ ਟਰਮ ਦੀ ਜਿਹੜੀ ਇਲੈਕਸ਼ਨ ਹੋਈ ਹੈ, ਲੋਕ ਸਭਾ ਇਲੈਕਸ਼ਨ ਆ, ਉਸਦੇ ਅੰਕੜੇ ਦਰਸਾਉਂਦੇ ਨੇ ਕਿ 1999 ਦੇ ਵਿੱਚ 871,755 ਵੋਟਾਂ ਲੈ ਕੇ ਕਾਂਗਰਸ ਦੇ ਜਗਮੀਤ ਸਿੰਘ ਬਰਾੜ ਜਿੱਤੇ ਸੀ। ਉਸ ਤੋਂ ਬਾਅਦ ਜੇਕਰ ਲਗਾਤਾਰ ਅਸੀਂ ਵੋਟਰਸ ਦੀ ਗਿਣਤੀ ਵੇਖੀਏ ਕਿ ਵੋਟਾਂ ਕਿੰਨੀਆਂ ਪਈਆਂ ਨੇ, ਇਹ ਘਟਦੀਆਂ ਨਜ਼ਰ ਆਈਆਂ ਨੇ। 4,75,928, 4,57,734, 4,50,751, ਉਸ ਤੋਂ ਬਾਅਦ ਮੁਹੰਮਦ ਸਦੀਕ ਜਿੱਤੇ ਸੀ 2019 ਦੇ ਵਿੱਚ 4,19,065 ਵੋਟ ਦੇ ਨਾਲ। ਇਹ ਬੜਤ ਬਣ ਨਹੀਂ ਰਹੀ, ਘੱਟ ਰਹੀ ਹੈ, ਵਜ੍ਹਾ ਕੀ ਹੈ? ਲੋਕ ਹੁਣ ਸਿਆਸਤ ਦੇ ਵਿੱਚ ਉਹਨਾਂ ਵਿਸ਼ਵਾਸ ਨਹੀਂ ਰੱਖਦੇ ਜਾਂ ਫਿਰ ਕਾਰਨ ਕੋਈ ਹੋਰ ਬਣੇ ਨੇ? ਦੇਖੋ ਜਿਵੇਂ ਤੁਸੀਂ ਦੱਸਿਆ, ਅੰਕੜੇ ਦੱਸੇ ਆ ਵੀ ਕਿਵੇਂ ਘਟਦੇ ਜਾ ਰਹੇ ਆ, ਕਿ ਲੋਕ ਕਈ ਲੋਕ ਤਾਂ ਐਸੇ ਆ ਵੀ ਜਿਹੜੇ ਸਿਆਸਤ ਵੱਲ ਜਾਣਾ ਨਹੀਂ ਚਾਹੁੰਦੇ, ਕਈ ਲੋਕਾਂ ਨੂੰ ਇਹ ਆ ਵੀ ਕੋਈ ਕੈਂਡੀਡੇਟ ਨਹੀਂ ਪਸੰਦ, ਕਈ ਲੋਕਾਂ ਨੂੰ ਇਹ ਆ ਵੀ ਪਾਰਟੀਆਂ ਨਹੀਂ ਪਸੰਦ, ਤੇ ਇਹ ਵੀ ਕਿਤੇ ਨਾ ਕਿਤੇ ਇੱਕ ਵੱਡਾ ਕਾਰਨ ਹੈਗਾ ਵੀ ਜਿਹੜਾ ਵੋਟ ਬੈਂਕ ਘਟਦਾ ਜਾ ਰਿਹਾ ਹੈਗਾ। ਤੇ ਜਿਵੇਂ ਮੈਂ ਗੱਲ ਕਰਾਂ ਹੁਣ ਦੀ ਸਥਿਤੀ ਗੱਲ ਕੀਤੀ ਜਾਵੇ ਤਾਂ ਹੁਣ ਵੀ ਕਈ ਲੋਕ ਇਹੋ ਜਿਹੇ ਹੈਗੇ ਆ ਜਿਹੜੇ ਕਹਿੰਦੇ ਆ ਵੀ ਸਾਨੂੰ ਤਾਂ ਕੋਈ ਕੈਂਡੀਡੇਟ ਪਸੰਦ ਹੀ ਨਹੀਂ ਹੈਗਾ, ਤੇ ਉਹੀ ਕਾਰਨ ਆ ਵੀ ਲੋਕ ਜਾ ਕੇ ਨੋਟਾਂ ਟੱਪ ਦਿੰਦੇ ਆ ਜਾਂ ਵੋਟ ਪਾਉਣ ਹੀ ਨਹੀਂ ਜਾਂਦੇ ਗੇ। ਕਿਉਂ? ਕਿਉਂਕਿ ਫਰੀਦਕੋਟ ਇਲਾਕੇ ਵਿੱਚ ਕੋਈ ਵਿਕਾਸ ਹੀ ਨਹੀਂ ਹੋਇਆ ਪਿਛਲੇ 5 ਸਾਲ। ਠੀਕ ਪ੍ਰੇਮ ਪਾਸੀ ਜੀ, ਬਹੁਤ ਸ਼ੁਕਰੀਆ ਤੁਸੀਂ ਗਰਾਊਂਡ ਰਿਪੋਰਟ ਜਿਹੜੀ ਸਾਂਝੀ ਕੀਤੀ ਸਾਡੇ ਦਰਸ਼ਕਾਂ ਦੇ ਨਾਲ, ਤੇ ਕਾਫੀ ਹੱਦ ਤੱਕ ਜਿਹੜੀ ਆ ਸਥਿਤੀ ਵੀ ਆ ਉਹ ਵੀ ਸਾਫ਼ ਹੁੰਦੀ ਨਜ਼ਰ ਆ ਰਹੀ ਹੈ। ਪਤਾ ਲੱਗਿਆ ਲੋਕਾਂ ਨੂੰ ਕਿ ਫਰੀਦਕੋਟ ਚਾਹੁੰਦਾ ਕੀ ਹੈ, ਫਰੀਦਕੋਟ ਦੀ ਸਿਆਸੀ ਸਫ਼ਾ ਦੇ ਵਿੱਚ ਸਿਆਸੀ ਧਿਰਾਂ ਦਾ ਰੋਲ ਕੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੇਮ ਪਾਸੀ ਜੀ। ਸੋ ਫਰੀਦਕੋਟ ਲੈ ਕੇ ਗਏ ਤੁਹਾਨੂੰ, ਫਰੀਦਕੋਟ ਦੇ ਵਿੱਚ ਕੀ ਕੁਝ ਚੱਲ ਰਿਹਾ, ਫਰੀਦਕੋਟ ਦੇ ਲੋਕ ਕੀ ਚਾਹੁੰਦੇ ਨੇ, ਲੋਕਾਂ ਦਾ ਮੂਡ ਕੀ ਹੈ, ਸਿਆਸੀ ਧਿਰਾਂ ਦੀ ਸਥਿਤੀ ਕੀ ਹੈ। ਵਧੇਰੀ ਅਪਡੇਟਸ ਦੇ ਲਈ ਜੁੜੇ ਰਹੋ ਜਸ ਟੀਵੀ ਦੇ ਨਾਲ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।